ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਅਦੀਨ ਸੇਵਾਮਾਂ ਚੌਂਡ ਬੋਰਡ ਪੰਜਾਬ ਵਨ ਕੰਪਲੈਕਸ ਸੈਕਟਰ 68 ਐਸ اے ਐਸ ਨਗਰ ਵੱਲੋਂ ਜਨਤਕ ਸੂਚਨਾ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਜੋ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕੋ ਸ਼ੇਅਰ ਜ਼ਰੂਰ ਕਰਨਾ ਉਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਜਨਤਕ ਸੂਚਨਾ ਅਦੀਨ ਸੇਵਾਵਾਂ ਚੌਂਡ ਬੋਰਡ ਪੰਜਾਬ 1 ਕੰਪਲੈਕਸ ਸੈਕਟਰ 68 ਐਸ اے ਐਸ ਨਗਰ ਵਿੱਚ ਜਿਸ ਦਾ ਇਸ਼ਤਿਹਾਰ ਨੰਬਰ ਹੈ ਜੀ 4 ਆਫ 2000 ਅਦੀਨ ਸਿਵਾਮਾ ਚੌਂਡ ਬੋਰਡ ਪੰਜਾਬ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਕੱਢੀਆਂ ਗਈਆਂ ਹਨ ਅਤੇ ਜਿਸ ਦੇ ਵਿੱਚ ਨਾਲ ਨੋਟ ਦਿੱਤਾ ਹੈ ਕਿ ਅਸਾਮੀਆਂ ਦੀ ਗਿਣਤੀ ਸਬੰਧਤ ਵਿਭਾਗ ਦੇ ਫੈਸਲੇ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ ਜਿਸ ਦਾ ਤਨਖਾਹ ਸਕੇਲ ਹੈ 25000 500 ਔਰ ਪੋਸਟ ਦਾ ਲੈਵਲ ਨੰਬਰ 4 ਹੈ ਲੈਵਲ ਨੰਬਰ 4 ਦੇ ਪੇ ਸਕੀਲ ਦੇ ਅਕੋਰਡਿੰਗ ਇਸ ਦੀ ਜਿਹੜੀ ਤਨਖਾਹ ਸਕੀਲ ਹੈ 25500 ਹੈ ਵਿੱਚ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈਬਸਾਈਟ ਤੇ ssb.punjab.gob.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 5 ਅਪ੍ਰੈਲ 2021 ਤੋਂ ਲੈ ਕੇ 26 اپریل 2021 شام 5 ਵਜੇ ਤੱਕ ஆன்ਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਅਤੇ ਜਾਣਕਾਰੀ ਜਿਵੇਂ ਕਿ ਬਿਨੇ ਕਾਰਨ ਬਿਨੇ ਕਰਨ ਦਾ ਟੰਗ ਅਸਾਮੀਆਂ ਦਾ ਸ਼੍ਰੇਣੀ ਵਾਈਜ਼ ਵਰਗੀਕਰਨ ਵਿਦਿਅਕ ਯੋਗਤਾ ਉਮਰ ਸੀਮਾ ਚੋਣ ਵਿਧੀ ਪਰਤੀ ਦੇ ਹੋਰ ਨਿਯਮਾਂ ਅਤੇ ਸ਼ਰਤਾਂ ਟਰਮ ਐਂਡ ਕੰਡੀਸ਼ਨ ਅਤੇ ਸੰਪਰਕ ਲਈ ਫੋਨ ਨੰਬਰ ਈਮੇਲ ਆਦਿ ਅਧੀਨ ਸੇਵਾਮਾਨ ਚੌਨ ਬੋਰਡ ਦੀ ਵੈਬਸਾਈਟ ਤੇ ਉਪਲਬਧ ਹਨ ਇਹ ਕਾਫੀ اچھی ਇਨਫੋਰਮੇਸ਼ਨ ਹੈ ਤਾਂ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਲਾਇਬ੍ਰੇਰੀਅਨ ਦਾ ਕੋਰਸ ਕੀਤਾ ਹੈ ਉਹ ਇਸ ਅਸਾਮੀਆਂ ਨੂੰ ਪੜ੍ਹ ਸਕਦੇ ਹਨ 750 ਅਸਾਮੀਆਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ ਹਿੰਦ